ਹਾਂਜੀ ਕੀ ਹਾਲ ਜੀ ਤੁਹਾਡੇ ਸਾਰਿਆਂ ਦਾ। ਸਭ ਨਾਲੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਵੀਡੀਓ ਦਾ ਤੁਸੀਂ ਟੌਪਿਕ ਪੜ੍ਹ ਹੀ ਲਿਆ ਹੋਣਾ ਉੱਥੇ, ਅਤੇ ਅੱਜ ਗੱਲ ਕਰਨ ਜਾ ਰਹੇ ਹੈਗੇ ਹਾਂ ਫੋਕ ਲਿਫਟ ਦੇ ਬਾਰੇ। ਅਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਥੱਲੇ ਲਾਲ ਰੰਗ ਦਾ ਸਬਸਕ੍ਰਾਈਬ ਦਾ ਬਟਨ ਉਹਨੂੰ ਗ੍ਰੇ ਕਰ ਦਿਓ ਤਾਂ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਹੋ ਜਾਊਗਾ, ਅਤੇ ਫਿਰ ਇੱਕ ਬੈੱਲ ਆਈਕਨ ਦਾ ਬਟਨ ਉਹਨੂੰ ਕਲਿੱਕ ਕਰ ਦਿਓ ਤਾਂ ਕਿ ਜਦੋਂ ਵੀ ਮੈਂ ਨਵੀਂ ਆਪ ਵੀਡੀਓਜ਼ ਅਪਲੋਡ ਕਰਾਂ ਤਾਂ ਤੁਹਾਨੂੰ ਘੰਟੀ ਦੀ ਆਵਾਜ਼ ਆ ਜਾਵੇ। ਉਸ ਤੋਂ ਬਾਅਦ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਮੈਂ ਸਾਰੇ ਨਿਊ ਕਮਰਸ ਨੂੰ ਅਤੇ ਜਿਹੜੇ ਇਸ ਵੇਲੇ ਇੱਥੇ ਹੈਗੇ ਆ ਉਹਨਾਂ ਨੂੰ ਦੱਸੂਗਾ ਕਿ ਫੋਕਲਿਫਟ ਦਾ ਲਾਇਸੈਂਸ ਕਿੱਦਾਂ ਬਣਾਈਦਾ ਆ, ਅਤੇ ਕਿੰਨੇ ਉਹਦੀ ਪੇ ਰੇਟ ਹੈਗੀ ਆ, ਕਿੱਦਾਂ ਮੇਰਾ ਐਕਸਪੀਰੀਅੰਸ ਰਿਹਾ, ਅਤੇ ਮੈਂ ਕਿੱਦਾਂ ਲਾਇਸੈਂਸ ਬਣਾਇਆ ਅਤੇ ਕੰਮ ਕਿੱਦਾਂ ਰਿਹਾ। ਹੋਪ ਸੋ ਵੀਡੀਓ ਮੈਂ ਛੋਟੀ ਬਣਾਵਾਂ ਅਤੇ ਤੁਹਾਨੂੰ ਸਾਰਾ ਕੁਛ ਛੋਟੀ ਵੀਡੀਓ ਦੇ ਵਿੱਚ ਜਲਦੀ ਜਲਦੀ ਐਕਸਪਲੇਨੇਸ਼ਨ ਦੇ ਦੇਵਾਂ, ਅਤੇ ਕਰਦੇ ਹਾਂ ਵੀਡੀਓ ਇੱਥੋਂ ਹੀ ਸ਼ੁਰੂ। ਅਤੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਫੋਕ ਲਿਫਟ ਦੇ ਬਾਰੇ ਦੱਸਣ ਲੱਗਾ, ਮੈਨੂੰ ਕਿੱਦਾਂ ਕੰਮ ਮਿਲਿਆ, ਮੈਨੂੰ ਕਿੱਦਾਂ ਲਾਇਸੈਂਸ ਮਿਲਿਆ ਉਹਦੇ ਬਾਰੇ ਤੁਹਾਨੂੰ ਦੱਸੂਗਾ। ਸਭ ਤੋਂ ਪਹਿਲਾਂ ਜਦ ਬੰਦਾ ਇੱਥੇ ਕੈਨੇਡਾ ਦੇ ਵਿੱਚ ਆਉਂਦਾ ਆ ਉਹ ਕਰਦਾ ਹੈਗਾ ਜਨਰਲ ਲੇਬਰ, ਜਿਹੜਾ ਕਿ ਨੋਰਮਲ ਹਰੇਕ ਬੰਦਾ ਕਰਦਾ ਹੀ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਆਪਣੇ ਉਹਨੂੰ ਮਹੀਨਾ ਹੋ ਜਾਂਦਾ, ਇਹਨੂੰ 2 ਮਹੀਨੇ ਹੋ ਜਾਂਦੇ ਆ, ਇਹਨੂੰ ਉਹਨੂੰ ਨਵੇਂ ਨਵੇਂ ਕੰਮਾਂ ਦਾ ਪਤਾ ਲੱਗ ਜਾਂਦਾ। ਉਸ ਤੋਂ ਬਾਅਦ ਹੌਲੀ ਹੌਲੀ ਪੌੜੀਆਂ ਚੜ੍ਹਦਾ ਆ, ਅਤੇ ਫਿਰ ਹੌਲੀ ਹੌਲੀ ਪੇ ਵੀ ਉਹਦੀ ਇਨਕਰੀਜ਼ ਹੁੰਦੀ, ਫਿਰ ਅੱਗੇ ਜਾ ਕੇ ਵੱਧ ਜਾਂਦਾ ਆ। ਇਹ ਮੈਂ ਕਿਸੇ ਇੱਕ ਕੰਮ ਦੀ ਨਹੀਂ ਗੱਲ ਕਰਦਾ, ਹਰੇਕ ਕੰਮ ਦੀ ਗੱਲ ਕਰਦਾ, ਅਤੇ ਸਿਰਫ ਇੱਕ ਜੋਬ ਦੀ ਨਹੀਂ ਗੱਲ ਕਰਦਾ, ਕਿੰਨੀਆਂ ਜੋਬਾਂ ਦੀ ਗੱਲ ਕਰਦਾ। ਹੁਣ ਸਪੋਜ਼ ਤੁਸੀਂ ਇੱਥੇ ਫੈਕਟਰੀ ਆਏ ਹੋਏ ਆ, ਕੰਮ ਕਰਦੇ ਪਏ ਆ, ਤੁਹਾਨੂੰ ਪੇ $14 ਮਿਲਦੀ ਆ, ਤੁਸੀਂ ਅਗਲੀ ਵਾਰ ਨਵਾਂ ਕੰਮ ਲੱਭੋਗੇ, ਹਾਂ ਮੈਨੂੰ $15 ਪੇ ਚਾਹੀਦੀ ਆ, ਫਿਰ ਅਗਲੀ ਵਾਰ ਦੂਜਾ ਨਵਾਂ ਕੰਮ ਲੱਭੋਗੇ, ਹਾਂ ਮੈਨੂੰ $16 ਪੇ ਚਾਹੀਦੀ ਆ। ਇੱਦਾਂ ਕਰਕੇ ਤੁਸੀਂ ਹੌਲੀ ਹੌਲੀ ਆਪਣੇ ਆਪ ਨੂੰ ਵਧੀਆ ਕਰੋਗੇ, ਇੰਪਰੂਵ ਕਰੋਗੇ, ਪੋਲਿਸ਼ ਕਰੋਗੇ ਤਾਂ ਕਿ ਤੁਹਾਨੂੰ ਪੇ ਵਧੀਆ ਅਤੇ ਕੰਮ ਵਧੀਆ ਮਿਲ ਜਾਵੇ। ਇਹੀ ਕੰਮ ਹੈਗਾ ਆ ਫੋਕ ਲਿਫਟ ਦਾ। ਫੋਕ ਲਿਫਟ ਇੱਕ ਤਰ੍ਹਾਂ ਦੀ ਨਹੀਂ ਹੁੰਦੀ, ਫੋਕ ਲਿਫਟ ਦੇ ਵਿੱਚ ਕਈ ਤਰੀਕੇ ਕਈ ਮਾਡਲਸ ਆਉਂਦੇ ਹੈਗੇ ਹਨ ਜਿਹਨੂੰ ਕਿ ਫੋਕ ਲਿਫਟ ਕਹਿ ਦਿੰਦੇ ਨੇ, ਅਤੇ ਹਰੇਕ ਫੈਕਟਰੀ ਦੇ ਵਿੱਚ ਫੋਕ ਲਿਫਟ ਕੈਨੇਡਾ ਦੇ ਵਿੱਚ ਯੂਜ਼ ਹੁੰਦੀ ਹੈ, ਇੰਡੀਆ ਦੇ ਵਿੱਚ ਵੀ ਕਈ ਫੈਕਟਰੀਆਂ 'ਚ ਯੂਜ਼ ਹੁੰਦੀ, ਜਿਹੜੀਆਂ ਵੱਡੀਆਂ ਫੈਕਟਰੀਆਂ ਨਹੀਂ ਤਾਂ ਆਮ ਹੀ ਉੱਥੇ ਕੰਮ ਚਲਾ ਲੈਂਦੇ ਆ, ਕਿਉਂਕਿ ਉੱਥੇ ਸਕਿੱਡਾਂ ਨਹੀਂ ਯੂਜ਼ ਕਰਦੇ ਹੈਗੇ। ਜਿਹੜੇ ਬੰਦੇ ਸਕਿੱਡਾਂ ਯੂਜ਼ ਕਰਦੇ ਆ ਉਹਨਾਂ ਦੀਆਂ ਫੈਕਟਰੀਆਂ ਵੱਡੀਆਂ ਹੁੰਦੀਆਂ ਨੇ, ਟਰਨਓਵਰ ਜ਼ਿਆਦਾ ਹੁੰਦੀਆਂ ਨੇ ਤਾਂ ਕਿ ਉਹਨਾਂ ਨੂੰ ਲੋਡ ਪੈਂਦੀ ਹੁੰਦੀ ਆ। ਫੋਕ ਲਿਫਟ ਦਾ ਮੇਨ ਉਹਦਾ ਰੀਜ਼ਨ ਕੀ ਹੈਗਾ ਆ ਕਿ ਆਪਣੇ ਕੋਲ ਥੋੜ੍ਹੀ ਜਗ੍ਹਾ ਹੈਗੀ ਆ, ਅਤੇ ਥੋੜ੍ਹੀ ਜਗ੍ਹਾ 'ਚ ਆਪਾਂ ਕਿੰਨਾ ਸਮਾਨ ਰੱਖਣਾ ਆ, ਤਾਂ ਰੈਕਸ ਪਏ ਹੁੰਦੇ ਆ, ਰੈਕਸ ਦੇ ਉੱਪਰ ਉੱਪਰ ਸ਼ੈਲਫਾਂ ਬਣੀਆਂ ਹੁੰਦੀਆਂ, ਸਮਾਨ ਰੱਖਣਾ ਹੁੰਦਾ, ਹਲਕਾ ਸਮਾਨ ਵੀ ਪਿਆ ਹੁੰਦਾ, ਭਾਰਾ ਵੀ ਪਿਆ ਹੁੰਦਾ, ਉਹਨੂੰ ਫੋਕ ਲਿਫਟ ਦੇ ਨਾਲ ਉਤਾਰਨਾ ਹੁੰਦਾ ਆ। ਹੁਣ ਇਹਦੇ ਵਿੱਚ ਕਈ ਤਰ੍ਹਾਂ ਦੇ ਹੁੰਦੇ ਆ, ਫੋਕ ਲਿਫਟ ਹੋ ਗਿਆ, ਇੱਕ ਹੁੰਦੇ ਆ ਕਲੈਂਪਸ, ਉਹੀ ਫੋਕ ਲਿਫਟ ਵਾਲੀ ਮਸ਼ੀਨ ਦੇ ਮੂਹਰੇ ਕਲੈਂਪ ਲਿਫਟ ਹੁੰਦੇ ਆ ਉਹ, ਅਤੇ ਕਾਊਂਟਰ ਬੈਲੈਂਸ ਵਾਲੀ ਮਸ਼ੀਨ ਹੋ ਗਈ, ਅਤੇ ਰੇਮੰਡ ਰੀਚ ਵਾਲੀ ਮਸ਼ੀਨ ਹੋ ਗਈ, ਵੋਕੀਜ਼ ਹੋ ਗਈਆਂ, ਉਸ ਤੋਂ ਇਲਾਵਾ ਵੀ ਹੋਰ ਕਈ ਵਰਾਇਟੀਜ਼ ਆਉਂਦੀਆਂ ਇਹਦੀਆਂ। ਅਤੇ ਹੁਣ ਮੈਂ ਕੰਮ ਦੱਸਦਾ ਤੁਹਾਨੂੰ ਮੈਂ ਕਿੱਦਾਂ ਇਹ ਕੰਮ ਦੇ ਵਿੱਚ ਵੜਿਆ। ਮੈਂ ਵੀ ਤੁਹਾਡੇ ਸਾਰਿਆਂ ਵਾਂਗੂ ਆਇਆ ਸੀ ਸਟੂਡੈਂਟ ਹੀ, ਹੈ ਨਾ, ਹੁਣ ਵੀ ਸਟੂਡੈਂਟ ਹੀ ਹੈ ਚਲੋ। ਅਤੇ ਮੈਂ ਫਿਰ ਜਨਰਲ ਲੇਬਰ ਦਾ ਕੰਮ ਕੀਤਾ, ਸਭ ਤੋਂ ਪਹਿਲਾਂ ਮੈਂ ਬ੍ਰੈਡ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ, ਮੈਨੂੰ ਯਾਦ ਆ $14 ਮਿਲਦੇ ਹੁੰਦੇ ਸੀਗੇ ਮੈਨੂੰ, ਅਤੇ ਮੈਂ ਸਕਿੱਡਾਂ ਬਣਾਈ ਜਾਣੀਆਂ, ਅਤੇ ਉਹਦੇ ਵਿੱਚ ਔਖਾ ਇਹ ਹੁੰਦਾ ਸੀਗਾ ਵੀ ਡੱਬੇ ਆਈ ਜਾਣੇ ਹੈ ਨਾ, ਅਤੇ ਮੈਨੂੰ ਇਹ ਕੰਮ ਪਸੰਦ ਨਹੀਂ ਸੀਗਾ ਵੀ ਯਾਰ ਢੂਈ ਵੀ ਦੁਖਣ ਲੱਗ ਪੈਂਦੀ ਆ, ਫਿਰ ਚੱਕਣਾ ਰੱਖਣਾ, ਮੈਨੂੰ ਲੇਬਰ ਵਾਲਾ ਕੰਮ ਜਮਾਂ ਹੀ ਨਹੀਂ ਪਸੰਦ ਸੀਗਾ। ਅਤੇ ਫਿਰ ਜਿਹੜੀਆਂ ਮੈਂ ਸਕਿੱਡਾਂ ਬਣਾਉਂਦਾ ਹੁੰਦਾ ਸੀਗਾ, ਫਿਰ ਬੰਦਾ ਉੱਧਰੋਂ ਆਉਂਦਾ ਹੁੰਦਾ ਸੀ, ਫੋਕ ਲਿਫਟ ਵਾਲਾ ਫੋਕ ਪਾਉਂਦਾ ਸੀਗਾ, ਉਹ ਸਕਿੱਡ ਬਣਾ ਕੇ ਲੈ ਜਾਂਦਾ ਸੀ, ਨਵੀਂ ਸਕਿੱਡ ਰੱਖ ਜਾਂਦਾ ਸੀ, ਫਿਰ ਖਾਲੀ ਸਕਿੱਡ ਰੱਖ ਜਾਂਦਾ ਸੀ, ਮੈਨੂੰ ਫਿਰ ਸਾਰੇ ਦੇ ਸਾਰੇ ਡੱਬੇ ਭਰਨੇ ਪੈਂਦੇ ਸੀਗੇ, ਉੱਥੇ ਚਿੜਨੇ ਹੁੰਦੇ ਸੀਗੇ ਡੱਬੇ ਲਾਈਨ ਵਾਈਜ਼, ਜਦ ਮੈਂ ਭਰਦਾ ਸੀਗਾ ਫਿਰ ਲੈ ਜਾਂਦਾ ਹੁੰਦਾ ਸੀਗਾ, ਮੈਂ ਖਾਈ ਜਾਂਦਾ ਹੁੰਦਾ ਸੀਗਾ ਉਸ ਟਾਈਮ 'ਤੇ ਮੈਂ ਉਹ ਬੰਦੇ ਨੂੰ ਪੁੱਛਿਆ, ਮੈਂ ਕਿਹਾ ਯਾਰ ਫੋਕ ਲਿਫਟ ਦਾ ਲਾਇਸੈਂਸ ਕਿੱਦਾਂ ਬਣਦਾ, ਉਹਨੇ ਮੈਨੂੰ ਸਾਰਾ ਇਹ ਦੱਸਿਆ। ਅਤੇ ਉਹਨੂੰ ਮੈਂ ਕਿਉਂ ਪੁੱਛਿਆ, ਕਿਉਂਕਿ ਉਹ ਕੀ ਕਰਦਾ ਹੁੰਦਾ ਸੀ ਫੋਕ ਲਿਫਟ, ਹੁਣ ਮੈਂ ਸਕਿੱਡ ਬਣਾਉਂਦਾ ਹੁੰਦਾ ਸੀਗਾ, ਮੈਨੂੰ ਲੱਗ ਜਾਂਦਾ ਸੀ 10 ਮਿੰਟ 15 ਮਿੰਟ, ਅਤੇ ਉਹ 1 ਮਿੰਟ 'ਚ ਆਉਂਦਾ ਸੀਗਾ ਚੱਕਦਾ ਸੀਗਾ ਲੈ ਜਾਂਦਾ ਸੀ, ਫਿਰ 15 ਮਿੰਟ ਉਹਨੇ ਬਹਿਣਾ, 1 ਮਿੰਟ 'ਚ ਆਉਂਦਾ ਸੀ ਚੱਕਦਾ ਸੀਗਾ ਲੈ ਜਾਂਦਾ, 15 ਮਿੰਟ ਉਹਨੇ ਬਹਿਣਾ। ਮੈਨੂੰ ਕੰਮ ਇੰਨਾ ਵਧੀਆ ਲੱਗਿਆ, ਮੈਂ ਕਿਹਾ ਯਾਰ ਮੈਂ ਵੀ ਕਿਸੇ ਟਾਈਮ ਇਹੀ ਕੰਮ ਕਰਨਾ, ਮੈਂ ਉਦੋਂ ਸੋਚਿਆ ਸੀਗਾ, ਮੈਂ ਕਿਹਾ ਯਾਰ ਹੋਪ ਸੋ ਮੈਂ ਵੀ ਇਹ ਕੰਮ ਕਰੂੰਗਾ। ਮੈਨੂੰ ਯਾਦ ਆ ਫਿਰ ਮੈਂ ਉਹ ਤੋਂ ਪੁੱਛਿਆ, ਮੈਂ ਕਿਹਾ ਹਾਂ ਕਿੱਦਾਂ ਬਣਿਆ ਲਾਇਸੈਂਸ, ਕਿੱਥੋਂ ਬਣਾਇਆ, ਕਿੰਨੀ ਪੇ ਤੇਰੀ ਹੈਗੀ ਆ? ਕਹਿੰਦਾ ਮੈਨੂੰ $18 ਕੈਸ਼ ਮਿਲਦਾ। ਮੈਂ ਕਿਹਾ ਉਹ ਤੁਹਾਡੀ ਨੂੰ, ਮੈਂ ਕਿਹਾ ਅੱਛਾ, ਮੈਂ ਨਾਲ ਹੀ ਹਿਸਾਬ ਲਾਣਾ, 8 ਘੰਟੇ ਦੀ ਸ਼ਿਫਟ ਆ, ਇੰਨੇ ਪੈਸੇ ਉਹਦੇ ਬਣੇ ਹੋਣੇ ਆ, ਜੇ ਉਹ ਮਹੀਨਾ ਕੰਮ ਕਰਦਾ ਤਾਂ ਇੰਨੇ ਪੈਸੇ ਬਣੇ, ਜਿਵੇਂ ਕਿ ਆਪਣੇ ਸਾਰੇ ਬੰਦੇ ਕਰਦੇ ਹੀ ਆ, ਹੈ ਨਾ। ਅਤੇ ਉਹ ਵਾਲੀ ਫੈਕਟਰੀ ਦੇ ਵਿੱਚ ਮੈਂ ਉਹਨੂੰ ਦੇਖ ਕੇ
ਲੱਭਣ ਲੱਗ ਪਿਆ ਫੋਕਲਿਫਟ ਦਾ ਲਾਇਸੈਂਸ ਕੌਣ ਬਣਾਉਂਦਾ। ਹੁਣ ਇੱਥੋਂ ਮੇਨ ਕਹਾਣੀ ਸ਼ੁਰੂ ਹੁੰਦੀ ਆ, ਫੋਕਲਿਫਟ ਦੇ ਲਾਇਸੈਂਸ ਬਣਾਉਣ ਵਾਲੇ ਕਿੰਨੇ ਹੁੰਦੇ ਨੇ? ਦੇਸੀ ਵੀ ਹੁੰਦੇ, ਪਾਕਿਸਤਾਨੀ ਵੀ ਹੁੰਦੇ ਆ ਕਈ, ਤੇ ਗੋਰੇ ਵੀ ਹੁੰਦੇ ਆ। ਪਰ ਜਿਹੜਾ ਸਭ ਤੋਂ ਆਹ ਥੂਹ ਵਾਲਾ ਕੰਮ ਹੈਗਾ ਆਪਣੇ ਪੰਜਾਬੀਆਂ ਦਾ, ਤੇ ਉਸ ਤੋਂ ਬਾਅਦ ਦੇ ਵਿੱਚ ਪਾਕਿਸਤਾਨੀਆਂ ਦਾ। ਮੈਂ ਹਰੇਕ ਦੀ ਨਹੀਂ ਗੱਲ ਕਰਦਾ ਹੈਗਾ ਇਹਦੇ ਵਿੱਚ, ਕਿਉਂਕਿ ਕਈਆਂ ਨੇ ਗਾਲਾਂ ਵੀ ਕੱਢਣੀਆਂ ਮੈਨੂੰ ਥੱਲੇ। ਹਰੇਕ ਦੀ ਨਹੀਂ ਗੱਲ ਕਰਦਾ, ਮੈਂ ਗੱਲ ਕਰਦਾ ਕੁਛ ਰੇਅਰ ਬੰਦਿਆਂ ਦੀ, ਜਿਹਦਾ ਕਿ ਹੁਣ ਮੈਂ ਗੱਲ ਦੱਸਣ ਲੱਗਾ। ਇੱਥੇ ਇੱਕ ਨਿਊਜ਼ ਪੇਪਰ ਆਉਂਦਾ ਹੁੰਦਾ ਇੰਪਲੋਇਮੈਂਟ ਕਰਕੇ ਕੁਛ ਨਾ, ਤੇ ਉਹਦੇ ਵਿੱਚ ਹਰ ਇੱਕ ਐਡਵਰਟੀਜ਼ਮੈਂਟ ਦਿੱਤੀ ਹੁੰਦੀ ਆ ਲੋਕਾਂ ਦੀ, ਤੇ ਉਹਦੇ ਵਿੱਚ ਸੀਗਾ ਇੱਕ ਬੰਦੇ ਦੀ ਪਾਕਿਸਤਾਨੀ ਦੀ ਐਡਵਰਟੀਜ਼ਮੈਂਟ ਸੀਗੀ। ਕੰਪਨੀ ਦਾ ਨਾਂ ਤਾਂ ਨਹੀਂ ਲਊਂਗਾ, ਇਹਦੇ ਵਿੱਚ ਉਹਦੀ ਵੀ ਮਸ਼ਹੂਰੀ ਹੋਣੀ ਆ, ਤੇ ਜਿਹੜੀ ਅੱਗੇ ਪ੍ਰੋਬਲਮ ਮੈਨੂੰ ਫੇਸ ਕਰਨੀ ਪਈ ਤੁਹਾਨੂੰ ਵੀ ਫੇਸ ਕਰਨੀ ਪਊਗੀ, ਤਾਂ ਕਰਕੇ ਬਥੇਰੀਆਂ ਕੰਪਨੀਆਂ ਹੈਗੀਆਂ। ਤੇ ਜਿਹੜੀ ਕੰਪਨੀ ਦੀ ਮੈਂ ਐਡਵਰਟੀਜ਼ਮੈਂਟ ਦੇਖੀ, ਮੈਂ ਫੋਨ ਕੀਤਾ, ਮੈਂ ਕਿਹਾ ਜੀ ਹਾਂਜੀ ਮੈਂ ਫੋਕਲਿਫਟ ਸਿੱਖਣੀ ਆ। ਹਾਂਜੀ ਹਾਂਜੀ ਆ ਜਾ ਤੁਸੀਂ, ਕੋਈ ਨੀ ਸਾਡੀ ਫੈਕਟਰੀ ਆਹ ਆਹ ਫੈਡਿਕਸ ਦੇ ਸ਼ੋਰੂਮ ਦੇ ਮੂਹਰੇ ਉਹਦੀ ਫੈਕਟਰੀ ਸੀਗੀ, ਤੇ ਫੈਡਿਕਸ ਦੇ ਏਅਰਪੋਰਟ ਦੇ ਮੂਹਰੇ, ਏਅਰਪੋਰਟ ਮਤਲਬ ਮਿਸੀਸਾਗਾ ਦੇ ਵਿੱਚ ਉਹਦੀ ਫੈਕਟਰੀ ਸੀਗੀ। ਬੱਸੇ ਗਿਆ ਟਰੈਵਲ ਕਰਕੇ, ਮੈਨੂੰ ਲੱਗਾ ਡੇਢ ਦੋ ਘੰਟੇ ਲੱਗੇ ਪਹੁੰਚਿਆ। ਉਹ ਆਪਣੀ ਘਰ ਵਾਲੀ ਦੇ ਨਾਲ ਲੱਤਾਂ ਟੇਬਲ ਦੇ ਉੱਤੇ ਰੱਖ ਕੇ ਬੈਠਾ ਸੀਗਾ ਬੰਦਾ, ਘਰ ਵਾਲੀ ਨੀ, ਤੇ ਫਿਰ ਮੈਂ ਜਦੋਂ ਅੰਦਰ ਗਿਆ ਲੱਤਾਂ ਥੱਲੇ ਕਰ ਲਈਆਂ। ਮੈਂ ਕਿਹਾ ਹਾਂਜੀ ਸਰ ਮੈਂ ਫੋਕਲਿਫਟ ਦਾ ਲਾਇਸੈਂਸ ਬਣਾਉਣਾ ਆ, ਤੇ ਕਹਿੰਦਾ ਹਾਂਜੀ ਹਾਂਜੀ ਚਲੋ ਚਲੋ। ਉਹ ਬਾਹਰਲੇ ਰਿਸੈਪਸ਼ਨ ਵਾਲੇ ਆਫਿਸ ਤੋਂ ਉੱਠ ਕੇ ਅੰਦਰ ਆ ਗਏ ਆਪਣੀ ਕੁਰਸੀ ਤੇ ਬੈਠਾ। ਮੈਂ ਦੇਖਿਆ ਉਹਦਾ ਆਫਿਸ ਵਧੀਆ ਆ, ਮੈਂ ਕਿਹਾ ਚਲੋ ਠੀਕ ਹੈ। ਫਿਰ ਉਸ ਤੋਂ ਬਾਅਦ ਦੇ ਵਿੱਚ ਉਹਦੇ ਅੰਦਰ ਆਫਿਸ ਦੇ ਵਿੱਚ ਗਿਆ, ਦੇਖਿਆ ਸਾਰਾ, ਤੇ ਕਿਹੜੀ ਫੋਕਲਿਫਟ ਕਹਿੰਦਾ ਸਿੱਖਣੀ ਹੈ। ਮੈਂ ਕਿਹਾ ਜੀ ਮੈਨੂੰ ਤਾਂ ਹੁਣ ਪਤਾ ਨਹੀਂ, ਤੁਸੀਂ ਦੱਸੋ ਕਿਹੜੀ ਫੈਕਟਰੀ ਦੇ ਵਿੱਚ ਜ਼ਿਆਦਾ ਚੱਲਦੀ। ਕਹਿੰਦੇ ਕਾਊਂਟਰ ਬੈਲੈਂਸ ਚੱਲਦੀ ਹੈ। ਫਿਰ ਉਹ ਆਫਰਸ, ਹਾਂਜੀ ਦੇ ਤੁਸੀਂ ਕਾਊਂਟਰ ਬੈਲੈਂਸ ਸਿੱਖੋਗੇ ਤਾਂ ਫਿਰ ਰੇਮੈਂਟ ਵਿੱਚ ਵੀ ਸਿੱਖਣੀ ਪੈਣੀ ਹੈ, ਇਹਦੇ ਵਿੱਚ ਵੀ ਆਫਰ ਹੈਗੀ ਆ, ਤੁਹਾਨੂੰ ਅਸੀਂ ਇੰਨੇ ਦੇ ਵਿੱਚ ਪੈਸੇ ਸਿਖਾਉਂਦੇ ਹੈਗੇ ਹਾਂ। ਮਤਲਬ ਉਹ ਬੰਦਾ ਦੇਖ ਕੇ ਚਪੇੜ ਮਾਰਦੇ ਆ, ਜਾਂ ਕਹਿ ਲਓ ਵੀ ਜੇਬ ਜਿੰਨੀ ਭਾਰੀ ਹੈਗੀ ਆ ਉਸ ਹਿਸਾਬ ਨਾਲ ਉਹ ਹਿਲਾ ਕੇ ਦੇਖਦੇ ਤੇ ਨਾਲ ਹੀ ਪੈਸੇ ਲੈ ਲੈਂਦੇ ਆ। ਤੇ ਹੁਣ ਉਹਨੇ ਕੀ ਕੀਤਾ, ਮੈਨੂੰ ਕਹਿੰਦਾ ਵੀ ਹਾਂਜੀ, ਕਈ ਹੁਣ ਉਹੀ ਬੰਦੇ ਤੋਂ ਕਈਆਂ ਲੋਕਾਂ ਨੇ $500 ਦਾ ਵੀ ਲਾਇਸੈਂਸ ਬਣਾਇਆ ਆ, ਮੇਰੇ ਵਰਗੇ ਲੋਕਾਂ ਨੇ 120 ਦੇ ਵਿੱਚ ਵੀ ਲਾਇਸੈਂਸ ਬਣਾਇਆ ਹੈਗਾ ਆ। ਤੇ ਮੈਂ ਉਹਨੂੰ ਕਿਹਾ ਵੀ ਨਹੀਂ, ਮੈਨੂੰ ਨੋਰਮਲ ਇੱਕ ਮਸ਼ੀਨ ਹੀ ਸਿੱਖਣੀ ਆ, ਤੇ ਮੈਨੂੰ ਸਿਖਾ ਦਿਓ ਲਾਇਸੈਂਸ ਬਣਾ ਦਿਓ। ਉਹ ਪਤੰਦਰ ਨੇ 5 ਮਿੰਟ ਲਾਏ ਲਾਇਸੈਂਸ ਬਣਾਉਣ ਨੂੰ, ਕਹਿੰਦਾ ਜੀ ਸਾਡੀ ਫੈਕਟਰੀ ਪਿੱਛੇ ਜਾ ਕੇ ਤੁਸੀਂ ਟ੍ਰੇਨਿੰਗ ਕਰ ਲਓ। ਮੈਂ ਹੈਰਾਨ, ਮੈਂ ਕਿਹਾ ਵੀ ਲਾਇਸੈਂਸ ਪਹਿਲਾਂ ਦੇਤਾ, ਟ੍ਰੇਨਿੰਗ ਹੋਈ ਨੀ, ਨਾ ਟੈਸਟ ਹੋਇਆ ਆ ਕੁਛ, ਨਾ ਸਮਝਾਇਆ ਆ ਕੁਛ, ਤੇ ਲਾਇਸੈਂਸ ਦੇਤਾ ਮੈਨੂੰ। ਤੇ ਚਲੋ ਲਾਇਸੈਂਸ ਦਿੱਤਾ ਉਹਨਾਂ ਨੇ, ਉਹਨਾਂ ਦੀ ਪਿੱਛੇ ਫੈਕਟਰੀ ਸੀਗਾ। ਫੈਕਟਰੀ ਕਿੱਥੇ? ਉਹ ਬੇਸਮੈਂਟ ਜਿੰਨਾ ਛੋਟਾ ਜਿਹਾ ਕਮਰਾ, ਤੇ ਉਹ ਛੋਟੇ ਕਮਰੇ ਦੇ ਵਿੱਚ ਜਦ ਮੈਂ ਗਿਆ, ਉੱਥੇ ਬੰਦਾ ਸੀਗਾ ਉਹਦਾ, ਉਹ ਵੀ ਪਾਕਿਸਤਾਨ ਤੋਂ ਸੀਗਾ, ਉਹਦੀ ਵੀ ਕਾਸਟ ਵਿਰਦੀ ਸੀਗੀ। ਮੈਨੂੰ ਯਾਦ ਆ ਮੈਂ ਨੰਬਰ ਉਹਦਾ ਸੇਵ ਹਲੇ ਵੀ ਕੀਤਾ, ਅੱਗੇ ਨਹੀਂ ਮੈਨੂੰ ਪਤਾ ਕੀ ਸੀਗਾ ਨਾਮ ਉਹਦਾ। ਉਹਨੇ ਮੈਨੂੰ ਫੋਕਲਿਫਟ ਦਿਖਾਈ, ਹਾਂਜੀ ਦੇਖੋ ਜੀ ਆਹ ਫੋਕਲਿਫਟ ਹੁੰਦੀ ਆ, ਇਹਨੂੰ ਕਹਿੰਦੇ ਆ ਕਾਊਂਟਰ ਬੈਲੈਂਸ, ਉਹ ਵਾਲੀ ਰੇਮੈਂਟ ਰੀਚ ਖੜੀ ਆ, ਇਹ ਵਾਲੀ ਵਾਕੀ ਖੜੀ ਆ, ਇਹ ਵਾਲੀ ਮਸ਼ੀਨ ਆਹ ਖੜੀ ਆ। ਮੈਂ ਕਿਹਾ ਚਲੋ ਠੀਕ ਹੈ, ਤੁਹਾਨੂੰ ਅਸੀਂ ਇਹ ਵਾਲੀ ਸਿਖਾਉਣੀ ਆ, ਆਹ ਵਾਲੀ ਮਸ਼ੀਨ ਮੈਂ ਲੈ ਕੇ ਆਉਣਾ, ਫਿਰ ਤੁਸੀਂ ਇਹਨੂੰ ਦੇਖੋ, ਗੇੜਾ ਕੱਢੋ, ਫਿਰ ਮੈਂ ਤੁਹਾਨੂੰ ਇਹਦੇ ਬਾਰੇ ਸਾਰਾ ਦੱਸੂਗਾ, ਫਿਰ ਤੁਹਾਨੂੰ ਚਲਾ ਕੇ ਦਿਖਾਊਂਗਾ, ਫਿਰ ਤੁਸੀਂ ਚਲਾ ਕੇ ਦਿਖਾਉਣੀ ਆ। ਮੈਂ ਕਿਹਾ ਜੀ ਓਕੇ। ਉਸ ਤੋਂ ਬਾਅਦ ਦੇ ਵਿੱਚ ਆਇਆ, ਉਹਨੇ ਮੈਨੂੰ ਸਾਰੇ ਪਾਰਟਸ ਦੱਸੇ, ਇੱਦਾਂ ਇੱਦਾਂ ਇਹਨੂੰ ਇਹ ਕਹੀਦਾ, ਇਹਨੂੰ ਇਹ ਕਹੀਦਾ, ਇੱਥੇ ਇਹ ਚੜ੍ਹਨਾ ਆਪਾਂ ਇੱਦਾਂ ਆ, ਫੋਕਲਿਫਟ 'ਤੇ ਉਤਰਨਾ ਇੱਦਾਂ ਆ। ਮੈਂ ਕਿਹਾ ਚਲੋ ਠੀਕ ਹੈ ਜੀ। ਫਿਰ ਕਹਿੰਦਾ ਹੁਣ ਤੁਹਾਨੂੰ ਮੈਂ ਚਲਾ ਕੇ ਦਿਖਾਉਣਾ। ਉਹ ਬੈਠਿਆ ਫੋਕਲਿਫਟ 'ਤੇ, ਉਹਨੇ ਦਿਖਾਇਆ ਵੀ ਇਹ ਬਟਨ ਇਹ ਕੰਮ ਕਰਦਾ, ਉਹ ਬਟਨ ਇਹ ਕੰਮ ਕਰਦਾ ਆ, ਇੱਥੋਂ ਰੇਸ ਆ, ਇੱਥੋਂ ਬ੍ਰੇਕ ਆ, ਸਾਰਾ ਉਹਨੇ ਦੱਸਿਆ। ਫਿਰ ਉੱਥੇ ਸਕਿੱਡਾਂ ਪਈਆਂ ਸੀ, ਦੋ ਚਾਰ ਚੱਕ ਕੇ ਰਖਾਈਆਂ, ਉੱਪਰੋਂ ਰਖਾਈਆਂ ਥੱਲੇ, ਅਤੇ ਥੱਲੇ ਇੱਦਾਂ ਉਹਨੇ ਆਪ ਚਲਾ ਕੇ ਦਿਖਾਈਆਂ। ਫਿਰ ਕਹਿੰਦਾ ਹੁਣ ਤੁਹਾਡੀ ਵਾਰੀ। ਉਹ ਛੋਟੀ ਜਿਹੀ ਫੈਕਟਰੀ, ਛੋਟਾ ਜਿਹਾ ਬੇਸਮੈਂਟ ਜਿੱਡਾ ਕਮਰਾ। ਮੈਂ ਕਿਹਾ ਚਲੋ ਚਲਾਈ, ਮੈਂ ਹੱਥ ਜਿਹਾ ਥੋੜ੍ਹਾ ਜਿਹਾ ਖੋਲਿਆ, ਫਿਰ ਪਤਾ ਲੱਗਿਆ ਆਹ ਵਾਲੇ ਬਟਨ ਤੋਂ ਇਹ ਹੁੰਦਾ, ਆਹ ਵਾਲੇ ਬਟਨ ਤੋਂ ਇਹ ਹੁੰਦਾ। ਫਿਰ ਉਹਨੇ ਕਿਹਾ ਚਲੋ ਉਹ ਚੀਜ਼ ਉਤਾਰ ਕੇ ਦਿਖਾਓ, ਉਹ ਉਤਾਰ ਕੇ ਦਿੱਤੀ। ਮਤਲਬ ਲੌਂਗ ਸਟੋਰੀ ਸ਼ਾਰਟ ਆਪਾਂ ਕਰਦੇ ਹਾਂ, ਉਹ ਤੋਂ ਟ੍ਰੇਨਿੰਗ ਕੀਤੀ ਸਾਰੀ, ਚਲੋ ਘੰਟੇ ਦੀ ਟ੍ਰੇਨਿੰਗ ਸੀਗੀ, ਟ੍ਰੇਨਿੰਗ ਲੈ ਕੇ ਮੈਂ ਲਾਇਸੈਂਸ ਲੈ ਕੇ ਮੈਂ ਘਰੇ ਆ ਗਿਆ। ਅਤੇ ਜਿਹੜੇ ਵੀ ਅਸਲੀ ਆਪਣੇ ਫੈਕਟਰੀ ਵਾਲੇ ਜਾਂ ਫੋਕਲਿਫਟ ਵਾਲੇ ਸਿਖਾਉਣ ਵਾਲੇ ਬੰਦੇ ਹੁੰਦੇ ਆ, ਗੋਰੇ ਹੁੰਦੇ ਆ, ਉਹ ਟ੍ਰੇਨਿੰਗ ਦਿੰਦੇ ਹੁੰਦੇ ਹੈਗੇ ਆ 15-15 ਦਿਨਾਂ ਦੀ, ਮਹੀਨਿਆਂ ਦੀ। ਅਤੇ ਜਿਹੜੇ ਆਪਣੇ ਇੱਦਾਂ ਦੇ ਬੰਦੇ ਹੁੰਦੇ ਨੇ, ਇਹ ਲਾਇਸੈਂਸ ਜਾਲੀ ਵੀ ਬਣਾ ਦਿੰਦੇ ਆ, ਜਾਂ ਉੱਦਾਂ ਹੀ ਕਿਸੇ ਦਾ ਵੀ ਬਣਾ ਲੈਂਦੇ ਆ, ਅਤੇ ਐਕਸਪੀਰੀਅੰਸ ਵੀ ਪਵਾ ਦਿੰਦੇ ਆ। ਮਤਲਬ ਬਥੇਰਾ ਕੁਛ ਚੱਲਦਾ ਇੱਥੇ ਵੀ, ਇਹ ਵੀ ਪੰਜਾਬ ਵਾਂਗੂ ਹੀ ਆ, ਪਰ ਉਨਾ ਨਹੀਂ ਹੈਗਾ, ਇੱਥੇ ਹੋਰ ਸਾਰਾ ਕੁਛ ਜਾਂਦਾ ਆ। ਮਤਲਬ ਉਹ ਛੋਟੀ ਜਿਹੀ ਫੈਕਟਰੀ ਦੇ ਵਿੱਚੋਂ, ਛੋਟਾ ਜਿਹਾ ਉਹ ਬੇਸਮੈਂਟ ਜਿੱਡਾ ਉਹਦਾ ਸੀਗਾ ਏਰੀਆ, ਉੱਥੇ ਉਹ ਮੈਂ ਥੋੜ੍ਹੀ ਜਿਹੀ ਚਲਾਉਣੀ ਸਿੱਖੀ। ਚਲੋ ਮੈਂ ਆ ਗਿਆ, ਸਾਰੇ ਪਾਸੇ ਏਜੰਸੀਆਂ ਦੇ ਵਿੱਚ ਆਪਣੇ ਰੈਜ਼ਮੇ ਦਿੱਤੇ, ਫੋਕਲਿਫਟ ਆਉਂਦੀ ਚਲਾਉਣੀ, ਕੰਮ ਕਰ ਲਊਂਗਾ, ਮੈਂ ਕੰਮ ਕੀਤਾ ਹੋਇਆ ਆਲਰੇਡੀ, ਉੱਦਾਂ ਹੀ ਕਹੀ ਗਿਆ ਸਾਰੇ ਪਾਸੇ ਰੈਜ਼ਮੇ ਦੇ ਵਿੱਚ ਲਿਖ ਲਿਖ ਕੇ, ਚਲੋ ਸਾਰਿਆਂ ਨੂੰ ਦੇਤਾ ਮੈਂ। ਉਸ ਤੋਂ ਬਾਅਦ ਦੇ ਵਿੱਚ ਪਹਿਲੀ ਵਾਰ ਕੰਮ ਮਿਲਿਆ ਮੈਨੂੰ। ਦੇਖੋ ਜੀ, ਇੱਥੇ ਹੁਣ ਮੈਂ ਖਾਲੀ ਜਗ੍ਹਾ 'ਤੇ ਚਲਾਈ, ਅਤੇ ਭਰੀ ਜਗ੍ਹਾ ਦੇ ਵਿੱਚ ਫੈਕਟਰੀ 'ਚ ਚਲਾਉਣੀ, ਗਲਤੀਆਂ ਤਾਂ ਨਿਕਲਣੀਆਂ। ਫਿਰ ਮੈਨੂੰ ਉੱਥੋਂ ਸਿੱਖਿਆ ਮਿਲੀਆਂ, ਸੀਖ ਮਿਲੀ ਕਹਿ ਲਓ, ਹੈ ਨਾ। ਉੱਥੋਂ ਮੈਨੂੰ ਹੌਲੀ ਹੌਲੀ ਚੀਜ਼ਾਂ ਪਤਾ ਲੱਗਣੀਆਂ ਸ਼ੁਰੂ ਹੋਈਆਂ।
ਫੈਕਟਰੀ ਗਿਆ, ਬੰਦਾ ਇਹਨੂੰ ਮਿਲਿਆ, ਫੋਕਲਿਫਟ ਚਲਾਉਣੀ ਆਉਂਦੀ? ਮੈਂ ਕਿਹਾ ਹਾਂਜੀ ਆਉਂਦੀ। ਕਿੰਨੀਆਂ ਫੈਕਟਰੀਆਂ ਕੰਮ ਕੀਤੀਆਂ ਜੀ? 3-4 ਫੈਕਟਰੀਆਂ ਕੰਮ ਕੀਤਾ। ਕੱਢਿਆ ਕਿਉਂ ਸੀ? ਮੈਂ ਕਿਹਾ ਜੀ ਦੂਰ ਸੀਗੀਆਂ, ਹਾਲਾਂਕਿ ਉਹ ਵੀ ਦੂਰ ਸੀ, ਅਤੇ ਇੱਥੇ ਕਿਉਂ ਆਇਆ? ਮੈਂ ਕਿਹਾ ਜੀ ਵਿਹਲਾ ਸੀਗਾ। ਚਲੋ, ਸ਼ਿਫਟ ਸ਼ੁਰੂ ਹੋਈ 12 ਘੰਟੇ ਦੀ। ਉਹ ਵਾਰੀ ਦਿਨ ਦੀ ਮੇਰੀ ਪੇ ਸੀ $18। 2 ਦਿਨ ਕੰਮ ਕਰਨਾ ਸੀ, ਪਰ ਅਗਲੇ ਦਿਨ ਮੇਰੀ ਯੂਨੀਵਰਸਿਟੀ ਸੀ ਤਾਂ ਕਰਕੇ ਕੰਮ ਨਹੀਂ ਕੀਤਾ। ਅਤੇ ਪਹਿਲੀ ਗਲਤੀ ਫੜ ਲਿਆ, ਫੋਕ ਸਕਿੱਡਾਂ ਦੇ ਵਿੱਚ ਪਾਏ, ਚੱਕੇ ਮੈਂ ਸਿੱਧੇ ਹੀ ਲੈ ਗਿਆ। ਜਦ ਵੀ ਆਪਾਂ ਕੋਈ ਵੀ ਫੋਕ ਵਾਲੀ ਮਸ਼ੀਨ ਸਕਿੱਡਾਂ ਦੇ ਵਿੱਚ ਪਾਉਂਦੇ ਹਾਂ ਤਾਂ ਆਪਾਂ ਨੂੰ ਰਿਵਰਸ ਚੱਲਣਾ ਪੈਂਦਾ, ਤਾਂ ਕਿ ਮੂਹਰਿਓਂ ਆਪਾਂ ਨੂੰ ਦੀਦਾ ਨਹੀਂ ਹੁੰਦਾ। ਮੈਨੂੰ ਇੰਨੀ ਸਮਝ ਹੈ ਨਹੀਂ, ਮੈਂ ਨਾ ਟ੍ਰੇਨਿੰਗ ਕੀਤੀ, ਨਾ ਮੈਂ ਇੰਨੀ ਚਲਾਈ, ਬੰਦੇ ਨੇ ਵੀ ਨਹੀਂ ਦੱਸਿਆ, ਬੰਦੇ ਨੇ ਵੀ ਨਹੀਂ ਸਿਖਾਏਗਾ, ਅਤੇ ਕਹਿੰਦਾ ਤੈਨੂੰ ਦੀਦਾ ਨਹੀਂ ਹੈਗਾ, ਜੇ ਕੋਈ ਮੂਹਰੇ ਬੰਦਾ ਆਜੂਗਾ ਫਿਰ ਮੈਂ ਗਾਰੰਟ ਕਰਨ ਲਈ। ਮੈਂ ਕਿਹਾ ਸਰ ਮੈਨੂੰ ਦੇਖਦਾ ਸੀਗਾ, ਮੈਂ ਸਾਈਡ ਤੋਂ ਦੇਖਦਾ ਪਿਆ ਸੀਗਾ, ਪਰ ਕੀ ਹੋਇਆ ਕਿ ਮੈਂ ਇੱਥੇ ਹੀ ਰੱਖਣਾ ਸੀਗਾ ਤਾਂ ਕਰਕੇ ਮੈਂ ਇੱਦਾਂ ਕਰਦਾ ਸੀ। ਕਹਿੰਦੇ ਤੈਨੂੰ ਪਤਾ ਨਹੀਂ ਪਿੱਛੇ ਦੀ ਚਲਾਈ ਦਾ? ਫਿਰ ਮੈਨੂੰ ਪਤਾ ਲੱਗਾ, ਮੈਂ ਹਾਂ ਪਿੱਛੇ ਦੀ ਚਲਾਈ ਦੀ ਆ ਫੋਕਲਿਫਟ, ਜਦੋਂ ਮੂਹਰੇ ਸਮਾਨ ਰੱਖਿਆ ਹੁੰਦਾ ਹੈ। ਮੈਂ ਕਿਹਾ ਚਲੋ ਜੀ ਹੁਣ ਮੈਂ ਨਹੀਂ ਕਰਦਾ ਅੱਗੇ ਤੋਂ, ਪਰ ਮੈਂ ਕਿਹਾ ਅਸੀਂ ਥੋੜ੍ਹਾ ਬਹੁਤਾ ਮੈਂ ਇੱਦਾਂ ਹੀ ਕਰ ਦਿੰਦਾ ਹੁੰਦਾ ਹੈ ਜਦ ਕੋਈ ਮੂਹਰੇ ਨਹੀਂ ਹੁੰਦਾ। ਅਗਲੇ ਦਿਨ ਫੈਕਟਰੀ ਛੁੱਟੀ, ਫਿਰ ਕੰਮ ਹੋਰ ਮਿਲ ਗਿਆ, ਕੰਸਟਰਕਸ਼ਨ ਯੇ ਵੋ ਇੱਧਰ ਉੱਧਰ, ਫਿਰ ਵਾਕੀ ਦਾ ਕੰਮ ਮਿਲਿਆ। ਵਾਕੀ ਚਲਾਉਣੀ ਆਉਂਦੀ ਸੀਗੀ ਅਤੇ ਉਹ ਸਿੱਖੀ। ਮਹੀਨਾ ਮੇਰਾ ਖਿਆਲ ਮੈਂ ਫੈਕਟਰੀ ਚਲਾਇਆ, 15 ਦਿਨ ਲਾਏ ਹੋਣੇ ਆ, ਅਤੇ ਬੜਾ ਵਧੀਆ ਰਿਹਾ ਕੰਮ, ਬਹੁਤ ਵਧੀਆ ਕੰਮ ਕੀਤਾ, ਬੜੇ ਵਧੀਆ ਪੈਸੇ ਮਿਲੇ। $16 ਉਹਦੀ ਪੇ ਸੀ ਮੈਨੂੰ ਦਿੱਤੀ ਉਹਨੇ, ਚਿੰਕਿਆਂ ਦੇ ਔਫਿਸ ਸੀਗਾ ਮੈਂ ਗਿਆ, ਉਹ ਚਿੰਕਿਆਂ ਨੇ ਮੇਰਾ ਨੰਬਰ ਪਤਾ ਨਹੀਂ ਕਿੱਥੋਂ ਲਿਆ ਸੀਗਾ, ਉਹਨਾਂ ਨੇ ਮੈਨੂੰ ਫੋਨ ਕੀਤਾ ਕੰਮ ਚਾਹੀਦਾ। ਮੈਂ ਕਿਹਾ ਹਾਂ, ਕਹਿੰਦੇ ਆਹ ਫੋਕਲਿਫਟ ਦਾ ਕੰਮ। ਮੈਂ ਕਿਹਾ ਕੋਈ ਨਹੀਂ ਕਰ ਲਾਂਗੇ, ਪਰ ਜਦ ਮੈਂ ਫੈਕਟਰੀ ਆ ਉਹ ਸੀਗੀ ਵਾਕੀ, ਵਾਕੀ ਜਿਹੜੀ ਹੁੰਦੀ ਆ ਹੁਣ ਤੁਹਾਨੂੰ ਉਹ ਵੀ ਦੱਸ ਦੇ ਕਿਹੜੀ ਕੀ ਹੁੰਦੀ ਆ, ਅਤੇ ਫੋਟੋ ਦੇਖ ਲਿਓ। ਉਹ ਚਲਾਉਣੀ ਸਭ ਤੋਂ ਸੌਖੀ ਸੀ। ਹਾਂ, ਅਤੇ ਇੱਥੇ ਮੈਂ ਤੁਹਾਨੂੰ ਇੱਕ ਆਈ ਬਟਨ ਦੇ ਵਿੱਚ ਵੀਡੀਓ ਦਾ ਲਿੰਕ ਦਿੰਦਾ, ਉਹ ਵੀਡੀਓ ਦੇਖ ਲਿਓ। ਉਹਦੇ ਵਿੱਚ ਮੈਂ ਜਿੰਨੇ ਵੀ ਕੈਨੇਡਾ ਦੇ ਵਿੱਚ ਜਾ ਕੇ ਕੰਮ ਕੀਤੇ ਆ ਸਾਰਿਆਂ ਦੀ ਵੀਡੀਓ ਪਾਈ ਹੋਈ ਆ, ਕਿੰਨੇ ਦੀ ਕਿਹੜੇ ਕੰਮ ਦੀ ਕਿੰਨੀ ਪਏ ਆ, ਕਿਹੜੇ ਕੰਮ ਦੀ ਕਿੰਨੀ ਪਏ, ਮੈਂ ਕਿਹੜੇ ਕਿਹੜੇ ਕੰਮ ਕੀਤੇ, ਸਾਰੇ ਐਕਸਪੀਰੀਅੰਸ ਉਹ 'ਚ ਦੱਸੇ ਹੋਏ ਆ। ਉਹ ਵੀਡੀਓ ਜ਼ਰੂਰ ਦੇਖਿਓ ਤੁਸੀਂ ਸਾਰੇ ਜਾਣੇ, ਇਹ ਵੀਡੀਓ ਨੂੰ ਕੰਪਲੀਟ ਕਰਨ ਤੋਂ ਬਾਅਦ 'ਚ। ਅਤੇ ਚਲੋ, ਫਿਰ ਮੈਂ ਉਹ ਵਾਕੀ ਦਾ ਕੰਮ ਕੀਤਾ ਫੈਕਟਰੀ ਦੇ ਵਿੱਚ ਜਾ ਕੇ, ਹੌਲੀ ਹੌਲੀ ਫਿਰ ਮੈਨੂੰ ਵਾਕੀ ਆ ਗਈ, 15 ਦਿਨ ਵਾਕੀ ਦਾ ਕੰਮ ਕੀਤਾ, ਚਲੋ ਐਕਸਪੀਰੀਅੰਸ ਹੋ ਗਿਆ। ਫਿਰ ਅੱਜ ਦੀ ਤਰੀਕ ਦੇ ਵਿੱਚ ਹੁਣ ਜਿਹੜਾ ਕੰਮ ਮੈਨੂੰ ਮਿਲਿਆ ਸੀਗਾ, ਇਹ ਵੀ ਫੋਕਲਿਫਟ ਦਾ ਹੀ ਆ, ਪਰ ਇਹਦੇ ਮੂਹਰੇ ਕਲੈਂਪ ਲੱਗੇ ਹੋਏ ਨੇ। ਜਿਹੜੇ ਮੇਰੇ ਇੰਸਟਾਗ੍ਰਾਮ 'ਤੇ ਐਡ ਆ ਉਹਨਾਂ ਨੂੰ ਪਤਾ ਹੀ ਹੋਣਾ ਮੈਂ ਸਟੋਰੀਆਂ ਪਾਉਂਦਾ ਰਹਿੰਦਾ, ਅਤੇ ਇੰਸਟਾਗ੍ਰਾਮ ਵਾਲੇ ਵੀ ਜਿਹਨੇ ਐਡ ਹੋਣਾ, ਥੱਲੇ ਲਿੰਕ ਹੈਗਾ ਉਹਨੂੰ ਕਲਿੱਕ ਕਰ ਲਓ, ਇੰਸਟਾਗ੍ਰਾਮ 'ਤੇ ਵੀ ਆ ਜਾਓ। ਡੇਲੀ ਲਾਈਫ ਦੀ ਜਿਹੜੀਆਂ ਮੈਂ ਕੋਈ ਵੀ ਸਟੋਰੀਆਂ ਪਾਉਂਦਾ ਤੁਹਾਨੂੰ ਪਤਾ ਲੱਗ ਜੂਗੀਆਂ। ਅਤੇ ਜਿਵੇਂ ਮੈਂ ਸਾਰੇ ਪਾਸੇ ਰੈਜ਼ਮੇ ਆਪਣੇ ਦਿੱਤੇ ਹੋਏ ਸੀ, ਏਜੰਸੀਆਂ ਫੋਨ ਕਰਦੀਆਂ ਰਹਿੰਦੀਆਂ ਸੀਗੀਆਂ, ਐਕਸਪੀਰੀਅੰਸ ਨਾ ਹੋਣ ਕਰਕੇ ਕਿਤੇ ਜਾਂਦਾ ਨਹੀਂ ਸੀਗਾ। ਅੱਜ ਦੀ ਤਰੀਕ ਦੇ ਵਿੱਚ ਜਿਹੜੀ ਫੈਕਟਰੀ ਗਿਆ, ਲੱਕੀਲੀ ਕਰੋਨਾ ਚੱਲਦਾ ਸੀ, ਕਰੋਨਾ ਟਾਈਮ ਦੇ ਵਿੱਚ ਕੰਮ ਮਿਲਿਆ, ਹਲੇ ਯੂਨੀਵਰਸਿਟੀ ਤੋਂ ਛੁੱਟੀਆਂ ਹੋਈਆਂ ਸੀਗੀਆਂ, ਪਹਿਲੀ ਛੁੱਟੀ ਸੀਗੀ, ਪਹਿਲੇ ਦਿਨ ਹੀ ਕੰਮ, ਮੈਂ ਇੰਨਾ ਫੈਡਅਪ ਹੋਇਆ। ਮੈਂ ਕਿਹਾ ਯਾਰ ਛੁੱਟੀਆਂ ਇੰਜੋਏ ਕਰਨ ਲਈ ਹੋਈਆਂ ਆ ਅਤੇ ਫਿਰ ਇਹ ਕੰਮ। ਪਰ ਹੁਣ ਦੀ ਤਰੀਕ 'ਚ ਮੈਂ ਇੰਨਾ ਖੁਸ਼ ਹੈਗਾ ਕਿ ਉਹ ਵਾਲੇ ਕੰਮ ਤੋਂ ਮੈਂ ਬਥੇਰਾ ਕੁਛ ਜੋੜਿਆ, ਬਥੇਰਾ ਕੁਛ ਕਮਾਇਆ। ਚਲੋ ਹੁਣ ਉਹਦੀਆਂ ਗੱਲਾਂ ਤਾਂ ਬਾਅਦ ਦੀਆਂ, ਕੰਮ ਦੀ ਗੱਲ 'ਤੇ ਆਉਂਦੇ ਹਾਂ। ਉਹ ਫੈਕਟਰੀ ਦੇ ਵਿੱਚ ਹੁਣ ਜਦ ਮੈਂ ਸਮਾਨ ਚੱਕਦਾ, ਮੈਨੂੰ ਐਕਸਪੀਰੀਅੰਸ ਹੈ ਨਹੀਂ ਸੀ, ਪਰ ਏਜੰਸੀ ਵਾਲੇ ਨੇ ਕੀ ਕਿਹਾ ਵੀ ਹਾਂਜੀ ਬੰਦੇ ਨੂੰ ਸਾਲ ਦਾ ਐਕਸਪੀਰੀਅੰਸ ਆ ਅਤੇ ਤੁਸੀਂ ਇੱਥੋਂ ਕੰਮ ਲਵਾਓ। ਉਹ ਬੰਦਿਆਂ ਨੂੰ ਫੈਕਟਰੀ ਦੇ ਵਿੱਚ ਕਿੱਦਾਂ ਸੀ, ਲੋੜ ਵੀ ਸੀ ਬੰਦੇ ਦੀ, ਛੱਡਣ ਵੀ ਲੱਗੇ ਸੀਗੇ ਉੱਥੋਂ ਬੰਦੇ ਕੁਛ, ਤਾਂ ਕਰਕੇ ਉਹਨਾਂ ਨੇ ਮੈਨੂੰ ਹਾਇਰ ਕਰ ਲਿਆ। ਮੈਨੂੰ ਬੰਦੇ ਨੇ ਸੁਪਰਵਾਈਜ਼ਰ ਨੇ ਕਿਹਾ, ਪਾਕਿਸਤਾਨੀ ਸੀਗਾ, ਬੜਾ ਨਾਈਸ ਬੰਦਾ ਬੰਦੇ ਨੇ ਮੈਨੂੰ, ਜੇ ਤੈਨੂੰ ਚਲਾਉਣੀ ਆਉਂਦੀ ਹੈ ਤਾਂ ਵੀ ਠੀਕ ਹੈ, ਜੇ ਤੈਨੂੰ ਨਹੀਂ ਚਲਾਉਣੀ ਆਉਂਦੀ ਤਾਂ ਵੀ ਕੋਈ ਗੱਲ ਨਹੀਂ, ਤੈਨੂੰ ਅਸੀਂ ਸਿਖਾਵਾਂਗੇ, ਪਰ ਤੂੰ ਇੱਥੋਂ ਛੱਡ ਕੇ ਨਾ ਜਾਈ। ਮੇਰੀ $18 ਪੇ ਸੀਗੀ, ਹੈਗੀ ਆ, ਅਤੇ ਬੜਾ ਵਧੀਆ ਕੰਮ ਮਿਲਦਾ ਆ। ਜੇ ਬੰਦਾ ਹਾਇਰ ਹੁੰਦਾ ਤਾਂ ਉਹਦੀ $24 ਪੇ ਹੁੰਦੀ ਆ, ਅਤੇ ਮਤਲਬ ਉਹ ਵਾਲੇ ਕੰਮ, ਆਹ ਵਾਲਾ ਮਤਲਬ ਇੱਦਾਂ ਦਾ ਕੰਮ ਹੈਗਾ ਆ, ਹੁਣ ਅੱਖਾਂ ਬੰਦ ਕਰਕੇ ਜਿਵੇਂ ਫੋਕਲਿਫਟ ਚਲਾਉਂਦਾ ਹੈ, ਇਹੋ ਵਾਲਾ ਕੰਮ, ਕਿਉਂਕਿ ਸਾਰੇ ਪਾਸੇ ਥੋੜ੍ਹਾ ਥੋੜ੍ਹਾ ਕੰਮ ਕੀਤਾ ਸੀਗਾ ਪਹਿਲਾਂ, ਇੱਕ ਇੱਕ ਦਿਨ ਜਾਂਦਾ ਸੀਗਾ, ਕੱਢ ਦਿੰਦੇ ਸੀ, ਜਾਂ ਆਪਣੀ ਜਾਂਦਾ ਸੀ, ਜਾਂ ਛੁੱਟੀ ਹੋ ਜਾਂਦੀ ਸੀ ਕਿਉਂਕਿ ਐਕਸਪੀਰੀਅੰਸ ਘੱਟ ਸੀਗਾ। ਇਹ ਵਾਲੇ ਕੰਮ ਤੋਂ ਉੱਥੇ ਨਾਲ ਦੇ ਵੀ ਬੰਦੇ ਮੇਰੇ ਬੜੀ ਵਧੀਆ ਟੱਕਰੇ ਹੈਗੇ ਆ, ਸਾਰੇ ਵਰਕ ਪਰਮਿਟ ਵਾਲੇ PR ਵਾਲੇ ਹੈਗੇ ਆ, ਅਤੇ ਸਾਰਿਆਂ ਨੂੰ ਮਿਲਿਆ, ਸਾਰਿਆਂ ਦਾ ਕੰਮ ਦੇਖਿਆ, ਮੈਂ ਉਹਨਾਂ ਤੋਂ ਸਿੱਖਿਆ, ਇੰਸਪਾਇਰ ਹੋਇਆ, ਚਲੋ ਬੜਾ ਵਧੀਆ ਕੰਮ ਮਿਲ ਗਿਆ। ਅਤੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਵੀ ਹੁਣ ਨਵੇਂ ਬੰਦੇ ਆਉਂਦੇ ਹੈਗੇ ਨੇ, ਉਹ ਸਾਰਿਆਂ ਨੂੰ ਕੰਮ ਇੱਥੇ ਮਿਲਣਾ ਔਖਾ ਆ, ਜਦੋਂ ਵੀ ਮਿਲਦਾ ਹੈਗਾ ਆ ਉਹਨੂੰ ਕਹੋ ਹਾਂਜੀ ਐਕਸਪੀਰੀਅੰਸ ਹੈਗਾ, ਅਤੇ ਜਿਗਰਾ ਰੱਖੋ ਆਪਣੇ ਅੰਦਰ ਕੰਮ ਕਰਨ ਦਾ ਕਿ ਹਾਂ ਮੈਂ ਕਰ ਸਕਦਾ ਹਾਂ। ਜੇ ਇਹ ਨਹੀਂ ਰੱਖੋਗੇ ਫਿਰ ਨਹੀਂ ਕੰਮ ਹੋਣਾ ਹੈਗਾ, ਕਿਉਂਕਿ ਮੈਨੂੰ ਵੀ ਇੱਦਾਂ ਹੀ ਕੰਮ ਸਿੱਖਿਆ, ਮੈਂ ਵੀ ਇੱਦਾਂ ਹੀ ਕੰਮ ਮੈਨੂੰ ਮਿਲਿਆ ਤਾਂ ਮੈਂ ਇੱਦਾਂ ਹੀ ਹੁਣ ਸਾਰੇ ਪਾਸੇ ਕੰਮ ਕਰਦਾ। ਜੇ ਮੈਂ ਉਦੋਂ ਸੋਚਦਾ ਯਾਰ ਔਖਾ ਹੋ ਜਾਂਦਾ, ਡਿੱਗ ਜਾਂਦਾ ਮੈਂ, ਫੋਕਲਿਫਟ ਖਰਾਬ ਹੋ ਜਾਂਦੀ, ਜਾਂ ਮੈਂ ਕਿੱਦਾਂ ਇਹਦਾ ਕਰਾਂ, ਤਾਂ ਮੈਨੂੰ ਵੀ ਔਖਾ ਹੋ ਜਾਣਾ ਸੀਗਾ। ਪਰ ਜਿਹੜੇ ਵੀ ਬੰਦੇ ਹੁਣ
ਫੋਕ ਲਿਫਟ ਦਾ ਲਾਇਸੈਂਸ ਬਣਾਉਣਾ ਚਾਹੁੰਦੇ ਆ ਉਹਨਾਂ ਨੂੰ ਮੈਂ ਦੱਸ ਦਵਾਂ ਕੰਮ ਹੈ ਨਹੀਂ ਕਰਦਾ, ਤੁਸੀਂ ਘਰੇ ਟਿਕੇ ਬੈਠੇ ਰਹੋ। ਨਹੀਂ ਕਹਿਣ ਦਾ ਮਤਲਬ ਇਹ ਹੈ ਕਿ ਫੋਕ ਲਿਫਟ ਦਾ ਕੰਮ ਜਿੱਧਰ ਵੀ ਮਿਲਦਾ ਹੈਗਾ ਜਿੰਨੇ ਤੇ ਵੀ ਮਿਲਦਾ ਹੈ ਗਰਾਰੀ ਅੜਾ ਲਓ, ਐਕਸਪੀਰੀਅੰਸ ਲਓ ਤੇ ਹੋਰ ਕਿਤੇ ਕੰਮ ਲਈ ਸ਼ਿਫਟ ਹੋ ਜਾਓ। ਅੱਜ ਦੀ ਤਰੀਕ 'ਚ ਮੈਂ ਬੰਦੇ ਇੱਦਾਂ ਦੇ ਵੀ ਦੇਖੇ ਜਿਹੜਾ $14 ਤੇ ਕੰਮ ਕਰਦਾ ਤੇ ਮੈਂ ਉਦੋਂ ਸੋਚਦਾ, ਮੈਂ ਉਹਨੂੰ ਉਹ ਮੇਰੀ ਯੂਨੀਵਰਸਿਟੀ ਦਾ ਮੁੰਡਾ ਸੀਗਾ, ਹੋਪ ਸੋ ਵੀਡੀਓ ਦੇਖਦਾ, ਉਹ ਬੰਦੇ ਨੂੰ ਮੈਂ ਕਿਹਾ, ਮੈਂ ਕਿਹਾ ਯਾਰ $14 ਤੇ ਕਿਹੜੀ ਏਜੰਸੀ ਦਿੰਦੀ ਹੈਗਾ, ਮੈਂ ਕਿਹਾ ਮੈਨੂੰ ਦੇ ਦੇ, ਮੈਂ ਕਿਹਾ 14 ਤੇ ਛੱਡ ਮੈਨੂੰ 13 ਤੇ ਦੇ ਦੇ, ਐਟਲੀਸਟ ਮੈਂ 13 ਤੇ ਕੰਮ ਕਰਕੇ ਐਕਸਪੀਰੀਅੰਸ ਤਾਂ ਬਣਾਵਾਂ, ਐਕਸਪੀਰੀਅੰਸ ਤੋਂ ਬਾਅਦ ਕਿਤੇ ਹੋਰ ਫੈਕਟਰੀ ਦੇ ਵਿੱਚ ਚੱਲ ਜਾਵਾਂ। ਫਿਰ ਉਹਨੇ ਮੈਨੂੰ ਏਜੰਸੀ ਦੱਸੀ, ਆਹ ਏਜੰਸੀ ਆ, ਕਹਿੰਦਾ ਮੈਂ ਦੇਖਿਆ, ਮੈਂ ਕਿਹਾ ਇਹ ਏਜੰਸੀ ਦਾ ਆਹ ਚੱਕ ਨੰਬਰ, ਮੈਂ ਕਿਹਾ ਮੈਂ, ਕਿਉਂਕਿ ਮੇਰੇ ਕੋਲ ਇੱਥੇ GTA 'ਚ ਜਿੰਨੀਆਂ ਮੋਸਟ ਆਫ ਦ ਏਜੰਸੀਜ਼ ਆ ਸਾਰੀਆਂ ਦਾ ਨੰਬਰ ਜੇਬ 'ਚ ਪਿਆ, ਇੰਨੇ ਜਗ੍ਹਾ ਤੇ ਰਜਿਸਟਰ ਕਰਾਇਆ ਕੰਮ ਦੇ ਲਈ, ਇੰਨੇ ਧੱਕੇ ਖਾਧੇ, ਇੰਨੇ ਕੰਮ ਕੀਤੇ ਤਾਂ ਕਿ ਪੈਸੇ ਬਣੇ ਹਨ। ਪਰ ਕਈ ਵਾਰ ਹੁਣ ਚਲੋ ਇੰਨਾ ਵਧੀਆ ਹੋ ਗਿਆ ਆ ਕਿ ਕੰਮ ਆਪ ਵੀ ਕਰਦਾ ਆ ਤੇ ਬਾਕੀਆਂ ਨੂੰ ਵੀ ਦਵਾਨਾ। ਤੇ ਹੁਣ ਮੈਂ ਸਾਰਿਆਂ ਨੂੰ ਇਹੀ ਕਹਿਣਾ ਵੀ ਭਰਾਵਾ ਵੀ ਇਹ ਕੰਮ ਜਿਹੜਾ ਹੈਗਾ ਆ ਬੜਾ ਵਧੀਆ ਕੰਮ ਹੈਗਾ, ਪਰ ਇਹਦੇ ਵਿੱਚ ਧਿਆਨ ਨਾ ਕਰਨਾ ਪੈਂਦਾ ਆ, ਇਹਦੇ ਨੁਕਸਾਨ ਵੀ ਬਹੁਤ ਆ। ਇੱਕ ਵਾਰ ਬੰਦਾ ਡਿੱਗ ਜੇ ਜਾਂ ਸੱਟ ਲੱਗ ਜਾਵੇ ਨੁਕਸਾਨ ਵੀ ਬਹੁਤ ਹੁੰਦਾ ਆ, ਜੇ ਫੋਕ ਲਿਫਟ ਗਲਤੀ ਨਾਲ ਇੱਧਰ ਉੱਧਰ ਕਿਤੇ ਵੱਜ ਜਾਵੇ ਫੈਕਟਰੀ ਦੇ ਵਿੱਚੋਂ ਤਾਂ ਨਿਕਲਦੇ ਆ, ਤੇ ਜਦੋਂ ਨੁਕਸਾਨ ਹੁੰਦਾ ਆ ਤੇ ਉਹ ਤੁਹਾਨੂੰ ਪਤਾ ਹੀ ਹੋਣਾ ਜਿਹਨਾਂ ਨੇ ਇੰਸਟਾ ਤੇ ਐਡ ਆ ਜਾਂ ਜਿਹੜੇ ਬਾਕੀ ਪੇਜਾਂ ਤੇ ਐਡ ਆ ਕਿ ਫੋਕ ਲਿਫਟ ਦੇ ਨੁਕਸਾਨ ਕਿੱਦਾਂ ਹੁੰਦਾ ਆ। ਜਦੋਂ ਵੱਜਦੀ ਨਾ ਕਿਤੇ ਰੈਕ ਰੂਕ 'ਚ ਸਾਰਾ ਰੈਕ ਥੱਲੇ ਡਿੱਗ ਜਾਂਦਾ ਬੰਦੇ ਦੇ ਉੱਪਰ, ਪਰ ਚਲੋ ਬੰਦਾ ਸੇਫ ਹੁੰਦਾ, ਹੈਲਮੇਟ ਪਾਇਆ ਹੁੰਦਾ ਤੇ ਉਹਦੇ ਉੱਪਰ ਫੋਕ ਲਿਫਟ ਦੇ ਅੰਦਰ ਛੱਤ ਬਣੀ ਹੁੰਦੀ ਵਧੀਆ ਤਾਂ ਕਰਕੇ। ਪਰ ਇਹ ਜਿਹੜਾ ਕੰਮ ਹੈਗਾ ਕੁੜੀਆਂ ਵੀ ਕਰ ਸਕਦੀਆਂ ਨੇ, ਮੈਂ ਕੁੜੀਆਂ ਨੂੰ ਵੀ ਇਹੀ ਕਹੂੰਗਾ ਵੀ ਤੁਸੀਂ ਵੀ ਕਿਸੇ ਵੀ ਕੰਮ ਲਈ ਸ਼ਰਮਾਓ ਨਾ, ਸੰਗੋ ਨਾ, ਜਾਂ ਤੁਸੀਂ ਡਰੋ ਨਾ ਵੀ ਮੇਰੇ ਤੋਂ ਨਹੀਂ ਹੋਣਾ, ਹਿੰਮਤ ਨਾ ਹਾਰੋ। ਜਿਹੜੀ ਫੈਕਟਰੀ ਦੇ ਵਿੱਚ ਮੈਂ ਜਾਂਦਾ ਹਾਂ ਸਵੇਰ ਵਾਲੀ ਸ਼ਿਫਟ ਦੇ ਵਿੱਚ ਇੱਕ ਕੁੜੀ ਵੀ ਕੰਮ ਕਰਦੀ ਆ, ਉਹ ਹੈਗੀ ਤਾਂ ਗੋਰੀ ਆ ਪਰ ਉਹ ਵੀ ਫੋਕ ਲਿਫਟ ਚਲਾਉਂਦੀ ਆ। ਹੁਣ ਮੈਂ ਕੁੜੀਆਂ ਨੂੰ ਵੀ ਇਹੀ ਰਿਕਮੈਂਡ ਕਰੂੰਗਾ ਵੀ ਜੇ ਤੁਸੀਂ ਇੰਡੀਆ ਗੱਡੀ ਚਲਾ ਸਕਦੀਆਂ ਤਾਂ ਫੋਕ ਲਿਫਟ ਨਹੀਂ ਚਲਾ ਸਕਦੀਆਂ, ਤੁਸੀਂ ਫੈਕਟਰੀ ਜ਼ਰੂਰੀ ਲੇਬਰ ਕਰਨੀ ਆ। ਮੈਂ ਮੁੰਡਿਆਂ ਨੂੰ ਵੀ ਇਹੀ ਕਹਿੰਦਾ ਯਾਰ $14 ਤੇ ਲੱਗੇ ਹੋਏ ਨੇ, ਤੁਸੀਂ ਆਪਣੇ ਆਪ ਨੂੰ ਦੇਖੋ ਤੇ ਇਹ ਸੋਚੋ ਕਿ 14 ਛੱਡ ਕੇ ਮੈਂ 15 ਲੈਣੇ, 16 ਲੈਣੇ, 17 ਲੈਣੇ, ਕਿਉਂਕਿ ਮੈਂ ਖੁਦ ਇੱਦਾਂ ਹੀ ਕਰਦਾ ਸੀਗਾ। ਹੁਣ ਮੈਂ 18 ਲੈਣਾ ਆ ਨਾ ਤੇ ਹੁਣ ਮੈਨੂੰ ਇਹ ਲੱਗੀ ਹੋਈ ਆ ਵੀ ਮੈਂ ਯਾਰ 18 ਕਿਉਂ ਕਰਦਾ, ਯਾਰ ਸਾਰੇ 18 ਤੇ ਕਰਦੇ, ਕੋਈ ਇੱਦਾਂ ਦਾ ਕੰਮ ਕਰੋ ਜਿਹ 'ਚ $23, $24, $25 ਮਿਲਦੇ ਹੁਣ ਘੰਟੇ ਦੇ, ਇੱਦਾਂ ਦੇ ਕੰਮ ਮੈਨੂੰ ਪਤਾ ਵੀ ਆ, ਮਿਲੇ ਵੀ ਆ, ਪਤਾ ਵੀ ਕਿਹੜੇ ਕਿਹੜੇ ਹੈਗੇ ਆ, ਕਰਾਂਗੇ ਉਹਦੇ ਵਿੱਚ ਵੀ ਹੌਲੀ ਹੌਲੀ ਅਪਲਾਈ, ਵੀਡੀਓ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਹੌਲੀ ਹੌਲੀ। ਤੇ ਜਿਹੜਾ ਵੀ ਬੰਦਾ ਇੱਥੇ ਆਉਂਦਾ ਆ ਸਾਰਿਆਂ ਨੂੰ ਇਹੀ ਕਹੂੰਗਾ ਕਿ ਤੁਸੀਂ ਵਧੀਆ ਕਿਸੇ ਬੰਦੇ ਕੋਲ ਟ੍ਰੇਨਿੰਗ ਲਓ ਤੇ ਤੁਸੀਂ ਫੈਕਟਰੀ ਜਾ ਕੇ ਕੰਮ ਕਰੋ, ਤੇ ਉਸ ਤੋਂ ਬਾਅਦ ਦੇ ਵਿੱਚ ਜਾਂ ਤਾਂ ਇਹ ਕੰਮ ਕਰੋ ਕਿ ਹਾਂ ਮੈਨੂੰ ਸਾਰਾ ਆਉਂਦਾ ਹੈ, ਜਾਂ ਤਾਂ ਇਹ ਕੰਮ ਕਰੋ ਜਿਹੜਾ ਮਰਜ਼ੀ ਕੰਮ ਹੋਵੇ ਦੇਖ ਲਾਂਗੇ। ਅਸਲੀ ਤਾਂ ਲਾਈਨ ਇਹਦੀ ਇਹ ਆ ਕਿ ਭਾਈ ਜਾਂ ਤਾਂ ਐਂ ਤੁਰੋ ਕਿ ਤੁਸੀਂ ਰਾਜੇ ਆ, ਜਾਂ ਤਾਂ ਐਂ ਤੁਰੋ ਕਿ ਦੇਖ ਲਾਂਗੇ ਜਿਹੜਾ ਮਰਜ਼ੀ ਆਉਂਦਾ ਆ ਮੁਰੇ, ਹੈ ਨਾ। ਤੇ ਕਹਿਣ ਦਾ ਮਤਲਬ ਸਾਰਿਆਂ ਨੂੰ ਇਹੀ ਮੇਰੀ ਅਪੀਲ ਆ, ਸਾਰਿਆਂ ਨੂੰ ਇਹੀ ਮੈਂ ਕਹਿੰਦਾ ਕਿ ਇੱਥੇ ਆ ਕੇ ਹਿੰਮਤ ਨਾ ਹਾਰੋ, ਤੁਸੀਂ ਕੁਛ ਇੱਥੇ ਬਣਨਾ ਆ ਤੇ ਆਪਣੇ ਟਾਰਗੇਟਸ ਨੂੰ ਅਚੀਵ ਕਰੋ, ਤੇ ਜਿੰਨੇ ਵੀ ਇੱਥੇ ਹੈਗੇ ਬੰਦੇ ਕੋਈ ਨਾ ਕੋਈ ਵਧੀਆ ਕੰਮ ਕਰਕੇ ਅੱਗੇ ਹਾਈ ਲੈਵਲ ਤੇ ਚਲੋ। ਤੇ ਮੈਨੂੰ ਆਪਣੇ ਭਰਾ ਨੂੰ ਯਾਦ ਰੱਖਿਓ ਕਿ ਹਾਂਜੀ ਸਾਡੀ ਵੀਡੀਓ ਦੇਖ ਕੇ ਤੁਸੀਂ ਇੰਸਪਾਇਰ ਹੋਏ ਸੀਗੇ, ਤੇ ਵੀਡੀਓ ਨੂੰ ਜੇ ਵਧੀਆ ਲੱਗੀ ਤਾਂ ਲਾਈਕ ਕਰ ਦਿਓ, ਇੱਦਾਂ ਦੀਆਂ ਵੀਡੀਓ ਹੋਰ ਲੈ ਕੇ ਆਉਂਦਾ ਰਹੂੰਗਾ ਤੁਹਾਡੇ ਲਈ। ਤੇ ਹੁਣ ਇੱਥੇ ਕਰਦੇ ਹਾਂ ਵੀਡੀਓ ਨੂੰ ਖਤਮ, ਤੇ ਹੋਪ ਸੋ ਵੀਡੀਓ ਵਧੀਆ ਲੱਗੀ ਹੋਊਗੀ ਤੁਹਾਨੂੰ, ਤੇ ਮੈਨੂੰ ਤੁਸੀਂ ਕਮੈਂਟ ਕਰਕੇ ਤੇ ਤੁਸੀਂ ਲਾਈਕ ਕਰਕੇ ਜ਼ਰੂਰ ਦੱਸਣਾ ਕਿ ਹਾਂਜੀ ਵੀਡੀਓ ਕਿੱਦਾਂ ਲੱਗੀ। ਇਸ ਤੋਂ ਬਾਅਦ ਦੇ ਵਿੱਚ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਅੱਜ ਲਈ ਇੰਨਾ ਹੀ, ਰੱਬ ਰੱਖਾ, ਥੈਂਕ ਯੂ ਤੁਹਾਡਾ ਬਹੁਤ ਬਹੁਤ, ਸਤਿ ਸ਼੍ਰੀ ਅਕਾਲ।